ਜਵਾਬ ਲੈ ਕੇ ਆਇਆ ਸੀ ਬਸ ਨਹੀਂ ਪੂਰੀ ਕਰਦਾ ਆ ਮਾਨ ਦਾ ਪੰਪ ਵੱਡਿਆ ਫੜ ਕੇ ਭਰ ਹੈ ਕੱਖ ਲਾਣਾ ਤਾਂ ਤੇ ਕੀ ਕੀ ਹੋਇਆ ਇਹ ਘਰ ਮੇਰੇ ਭਰਾ ਦਾ ਲੱਗਦਾ ਮਾਸ਼ਾਅੱਲਾ ਅਮਰੀਕਾ ਤੋਂ ਆਏ ਆ ਲੇਕਿਨ ਇਹ ਘਰ ਬਣਾ ਲਿਆ ਬਾਅਦ ਦੇ ਵਿੱਚ ਫੈਕਟਰੀ ਫੈਕਟਰੀ ਅਸਲਾਮ ਵਾਲੇਕੁਮ ਜੀ ਸਾਹਿਬ ਜੀ ਕਾਕਾ ਹਾਂਜੀ ਇੱਥੇ ਕਰਾਉਣਾ ਆ ਮੈਂ ਵਿਆਹ ਅੱਛਾ ਜੀ ਇੱਥੇ ਇੱਕ ਗੱਲ ਦਾ ਪਤਾ ਨਾ ਲੱਗੇ ਵੀ ਅਸੀਂ ਅਮਰੀਕਾ ਦੇ ਵਿੱਚ ਕੁੱਤੇ ਨਲਾਉਂਦੇ ਆ ਹਾਂ ਅਸੀਂ ਕੁੱਤੇ ਦੇ ਨਲਾਉਂਦੇ ਓ ਇੱਥੇ ਇਹ ਦੱਸਣਾ ਵੀ ਸਾਡੇ ਜਨਰਲ ਸਟੋਰ ਆ ਤੇ ਕੁੱਤਿਆਂ ਦਾ ਬਿਲਕੁਲ ਨਹੀਂ ਦੱਸਣਾ ਇਹ ਵੀ ਦੱਸਣਾ ਹੈਗਾ ਵਿਆਹ ਕਰਾਉਣਾ ਯਾਰ ਮੇਰੇ ਸਾਹਿਬ ਜੀ ਕੰਮ ਤੇ ਸਾਡਾ ਹੀ ਆ ਕੰਮ ਨੂੰ ਇਨਕਾਰ ਨਹੀਂ ਕਰਦੇ ਬੇਟਾ ਇੱਥੇ ਨਹੀਂ ਦੱਸਣਾ ਹੈਗਾ ਇੱਥੇ ਕਹਿੰਦਾ ਸਾਡੇ ਜਨਰਲ ਸਟੋਰ ਆ ਯਾਨੀ ਕਿ ਕੁੱਤੇ ਨਹੀਂ ਨਵਾਉਂਦੇ ਕੁੱਤੇ ਨਹੀਂ ਨਵਾਉਂਦੇ ਸਾਡੇ ਜਨਰਲ ਸਟੋਰ ਆ ਸਾਡੇ ਜਨਰਲ ਸਟੋਰ ਯਾਨੀ ਕਿ ਇਹ ਸਾਡਾ ਜਨਰਲ ਸਟੋਰ ਆ ਅਸੀਂ ਕੁੱਤੇ ਨਹੀਂ ਨਵਾਉਂਦੇ ਕੁੱਤੇ ਨਹੀਂ ਨਵਾਉਂਦੇ ਜਾਂਚ ਕਰ ਲਓ ਕਿ ਸਾਡੇ ਕੁੱਤੇ ਨਹੀਂ ਅਸੀਂ ਜਨਰਲ ਸਟੋਰ ਆ ਸਾਡੇ ਕੁੱਤੇ ਨਹੀਂ ਨਵਾਉਂਦੇ ਸਾਡੇ ਜਨਰਲ ਸਟੋਰ ਆ ਕਰ ਲਾ ਘੰਟਾ ਭਾਜੀ ਸਾਡੇ ਹੋਰ ਕੁੱਤੇ ਆ ਇੱਥੇ ਗੱਲ ਹੀ ਨਹੀਂ ਕਰਦੀ ਕਹਿੰਦਾ ਸਾਡੇ ਜਨਰਲ ਸਟੋਰ ਆ ਅਸੀਂ ਕੁੱਤੇ ਨੂੰ ਨਵਾਉਂਦੇ ਨਹੀਂ ਸਾਡੇ ਜਨਰਲ ਸਟੋਰ ਆ ਆਪ ਤੇ ਖੜਾ ਹੋ ਜਾ ਜਾਂ ਕਹਿੰਦਾ ਕਿ ਸਾਡੇ ਜਨਰਲ ਸਟੋਰ ਆ ਅਸੀਂ ਕੁੱਤੇ ਨਹੀਂ ਨਵਾਉਂਦੇ ਉਹ ਕਿਸੇ ਕੁੱਤੀ ਨਸਲ ਦੇ ਆ ਗੱਲ ਸਮਝ ਲਿਆ ਕਰ ਸਾਡੇ ਜਨਰਲ ਸਟੋਰ ਆ ਭਾਈ ਆਹੋ ਜਦੋਂ ਪੁੱਛਣ ਗਏ ਜਦੋਂ ਬੇਟਾ ਪੁੱਛਣ ਗਏ ਉਦੋਂ ਕਹਿਣਾ ਆ ਜਦੋਂ ਪੁੱਛਣ ਗਏ ਜਿਹਨੇ ਕੁੱਤਿਆਂ ਦਾ ਜ਼ਿਕਰ ਹੀ ਨਹੀਂ ਕਰਨਾ ਹਾਂ ਸਾਡੇ ਜਨਰਲ ਸਟੋਰ ਆ ਹਾਂਜੀ ਮੇਰੇ ਕੋ ਕੁੱਤੇ ਅਸੀਂ ਨਵਾਉਂਦੇ ਹੀ ਨਵਾਉਂਦੇ ਹੀ ਸਾਡਾ ਜਨਰਲ ਸਟੋਰ ਆ ਭਾਈ ਸਾਡਾ ਜਨਰਲ ਸਟੋਰ ਆ ਉਹ ਜਦੋਂ ਪੁੱਛਣਗੇ ਉਦੋਂ ਕਹਿਣਾ ਆ ਉਹ ਹਫਤਾ ਨਾ ਪੁੱਛਣਾ ਸੀ ਦੱਸ ਯਹੀ ਨਾ ਤੈਨੂੰ ਆਇਆ ਵੀ ਨਾ ਹੋ ਗਿਆ ਭਾਈ ਸਾਡਾ ਜਨਰਲ ਸਟੋਰ ਆ ਓਏ ਹਰਾਮ ਦੇ ਤੈਨੂੰ ਮੈਂ ਕਹਿਣ ਦਿਆ ਜਦੋਂ ਪੁੱਛਣਗੇ ਉਦੋਂ ਕਹਿਣਾ ਸਾਡਾ ਜਨਰਲ ਸਟੋਰ ਹਾਂ ਅਸੀਂ ਕੁੱਤੇ ਨਹੀਂ ਨਵਾਉਂਦੇ ਭਾਈ ਵਾਸ ਕਰੀ ਭਈ ਜਾਂਦਾ ਆ ਤੈਨੂੰ ਮੈਂ ਕਹਿੰਦਾ ਜਦੋਂ ਸਾਡੇ ਕੋਲ ਪੁੱਛਣਗੇ ਉਹ ਭਾਈ ਸਾਡੇ ਕੁੱਤੇ ਆ ਅਸੀਂ ਜਨਰਲ ਸਟੋਰ ਨਹੀਂ ਨਵਾਉਂਦੇ ਅੱਛਾ ਅਸੀਂ ਕੁੱਤੇ ਨਹੀਂ ਨਵਾਉਂਦੇ ਸਾਡਾ ਜਨਰਲ ਸਟੋਰ ਆ ਉਹ ਨਹੀਂ ਕਹਿਣਾ ਇੱਥੇ ਕਹਣਾ ਸਾਡੇ ਜਨਰਲ ਸਟੋਰ ਹਾਂ ਜਦੋਂ ਪੁੱਛਣਗੇ ਜਦੋਂ ਪੁੱਛਣਗੇ ਕਹਣਾ ਜਨਰਲ ਸਟੋਰ ਹਾਂ ਭਾਈ ਸਾਡੇ ਜਨਰਲ ਸਟੋਰ ਆ ਮੈਂ ਪੁੱਛਿਆ ਤੈਨੂੰ ਮੈਂ ਪੱਕਾ ਵੀ ਨਾ ਕਰਾਂ ਆਪਣੇ ਆਪ ਨੂੰ ਤਾਂ ਤਾਂ ਖੜਾ ਅਸੀਂ ਕੁੱਤੇ ਨੂੰ ਆਉਂਦੇ ਹੀ ਨਹੀਂ ਭਾਈ ਸਾਡੇ ਜਨਰਲ ਸਟੋਰ ਮਾਰਾ ਲਿਓ ਭਾਈ ਸਾਡੇ ਜਨਰਲ ਸਟੋਰ ਆ ਓਏ ਕੁੱਤੀ ਦੇ ਆ ਪੁੱਤਾ ਅੱਜ ਖੜਾ ਭਾਈ ਜਨਰਲ ਸਟੋਰ ਆ ਉਹ ਮੇਰਾ ਨਿੱਕਾ ਵੀਰ ਉਹ ਅਮਰੀਕਾ ਤੋਂ ਆ ਗਿਆ ਉਹ ਤੈਨੂੰ ਮੈਂ ਕਿੰਨਾ ਯਾਦ ਕੀਤਾ ਪਰ ਤੂੰ ਇੱਕ ਵਾਰੀ ਸਾਨੂੰ ਫੋਨ ਨਾ ਕੀਤਾ ਉਹ ਪਿਓ ਮਰਿਆ ਤੇ ਤੂੰ ਤਾਂ ਵੀ ਨਾ ਆਇਆ ਪਰ ਤੂੰ ਤਾਂ ਬਿਲਕੁਲ ਹੀ ਸਾਨੂੰ ਭੁੱਲ ਗਿਆ ਮੈਂ ਕਹਿਣ ਰਿਹਾ ਮੈਂ ਹੁਣ ਸ਼ਾਦੀ ਕੀਤੀ ਤੇ ਤੂੰ ਆ ਗਿਆ ਉਹ ਵੀਰ ਦੇ ਸੀਨੇ ਨਾਲ ਠੜ ਉਹਦੇ ਕੋਲ ਨਾ ਆਉਣਾ ਉਹ ਤੈਨੂੰ ਅਸੀਂ ਮਿਲਣ ਆਏ ਆ ਉਹ ਸੀਨੇ ਨਾਲ ਨਾ ਪਤਾ ਯਾਰ ਉਹ ਸੀਨਾ ਠੰਡਾ ਕਰਦੇ ਉਹ ਮੇਰਾ ਭਰਾ ਮੈਂ ਅਮਰੀਕਾ ਦੇ ਵਿੱਚ ਖਾਬ ਵੇਖਿਆ ਖਾਬ ਦੇ ਵਿੱਚ ਆਇਆ ਕਿ ਮੈਂ ਕਿਹਾ ਮੈਂ ਆਪਣੇ ਭਰਾ ਨੂੰ ਮਿਲ ਕੇ ਜਾਣਾ ਆ ਉਹ ਕਿੱਡਾ ਸੋਹਣਾ ਹੋ ਗਿਆ ਤੂੰ ਬਸ ਕਦੀ ਗਰੂਰ ਨਹੀਂ ਕੀਤਾ ਤੇ ਆਹ ਹੋਰ ਵੀ ਨਹੀਂ ਕੀਤਾ ਮੈਂ ਆਪਣੇ ਦੇ ਜੀ ਉਹ ਛੋਟੇ ਆ ਕੌਣ ਆ ਮੈਂ ਭਾਜੀ ਛੋਟੇ ਨਵਾਉਣਾ ਕੀ ਮਤਲਬ ਹੈ ਅਸਲ 'ਚ ਮੇਰੀ ਭੈਣ ਕਿਸ਼ਵਰ ਹੈਗੀ ਉਹਦੇ ਬੱਚੇ ਆ ਤੇ ਨਿੱਕੀ ਨਿੱਕੇ ਨਲਾਉਂਦਾ ਆ ਉਹ ਤੁਹਾਡੀ ਭੈਣ ਰੂਸੀ ਆ ਬੜੇ ਬੱਚੇ ਬੜੀ ਚੰਗੀ ਭੈਣ ਹੈ ਇਹਨਾਂ ਦੀ ਹਰ ਸਾਲ 12-12 ਦਿੰਦੀ ਹੈ ਇਹਨਾਂ ਦੀ ਭੈਣ ਨਾ ਗੁਲਜਰੀ ਨਾ ਫਸੀ ਆ ਉਹ ਨਿੱਕੇ ਮੈਨੂੰ ਬੜੀ ਖੁਸ਼ੀ ਹੋਈ ਤੇਰੇ ਆਉਣ ਦੀ ਬਾਜੀ ਮੈਂ ਸੋਚਿਆ ਮੈਂ ਕਿਹਾ ਮੈਂ ਆਪਣੇ ਭਰਾ ਨੂੰ ਮਿਲ ਕੇ ਜਾਵਾਂ ਹੋਰ ਤੁਸੀਂ ਸੁਣਾਓ ਸ਼ੁਕਰ ਅੱਲਾ ਦਾ ਉਹ ਮੈਂ ਨਾ ਤੇਰੇ ਰਿਸ਼ਤੇ ਦੀ ਵੀ ਗੱਲ ਕੀਤੀ ਆ ਅੱਛਾ ਅੱਛਾ ਭਾਜੀ ਇੱਕ ਮਿੰਟ ਆ ਪਰੇ ਕਰ ਲਾ ਮੈਨੂੰ ਤੇਰਾ ਹੀ ਲੱਗਣ ਡਿਆ ਨਾਲਾ ਤੇਰੇ ਭਤੀਜਿਆਂ ਵੀ ਰੱਖਿਆ ਨਹੀਂ ਮੁੜਦੇ ਨਾ ਤੰਗ ਕਰਦੇ ਰਹਿੰਦੇ ਉਹ ਨਿੱਕੇ ਮੈਂ ਤੇਰੇ ਰਿਸ਼ਤੇ ਦੀ ਗੱਲ ਕਰ ਲਈ ਆ ਇੱਥੇ ਪਾਕਿਸਤਾਨ ਦੇ ਵਿੱਚ ਤੇ ਉਹ ਕੁੜੀ ਵਾਲੇ ਪੁੱਛ ਰਹੇ ਸੀ ਕੀ ਕਾਰੋਬਾਰ ਕੀ ਆ ਕਾਰੋਬਾਰ ਅੱਲਾ ਭੈਣ ਨਾ ਦੇਈ ਨਿੱਕੇ ਪੱਕੇ
दरवाजे के कुत्ते बने कम से कम नहीं जिदा मैं बने अंदर ओदा बन ਉਹ ਨਹੀਂ ਉਹ ਚੌਧਰੀ ਨਹੀਂ ਮੰਨਦਾ ਕਿਸੇ ਦੀ ਭਾਈ ਅੱਛਾ ਕਾਰੋਬਾਰ ਸਾਡੇ ਬੜੇ ਵਸੀ ਆ ਅੱਛਾ ਹਾਂਜੀ ਉਹ ਨਿੱਕੇ ਮੈਨੂੰ ਕਾਰੋਬਾਰ ਦਾ ਦੱਸਿਓ ਮੈਂ ਕਾਰੋਬਾਰ ਅੱਲਾ ਦੀ ਮਿਹਰਬਾਨੀ ਦੇ ਨਾਲ ਤੁਸੀਂ ਅਮਰੀਕਾ ਜਾਓਗੇ ਕਿਉਂਕਿ ਨੈਨਕ ਤੁਹਾਡੇ ਜਿਹੜੇ ਸੁਧਾਰ ਟੱਪਣ ਵਾਲੇ ਨੇ ਉਹ ਨਿੱਕੇ ਮੇਰਾ ਸ਼ੌਕ ਹੀ ਨਹੀਂ ਤੁਸੀਂ ਅਮਰੀਕਾ ਜਾਓਗੇ ਸਮੁੰਦਰ ਤੇ ਸਾਹਮਣੇ ਵੇਖਣਾ ਜਨਰਲ ਸਟੋਰ ਬਣੇ ਆ ਲੈਟਾਂ ਲੱਗੀਆਂ ਜੱਗ ਮੰਗਾਉਂਦੇ ਆ ਜੱਗ ਮੰਗਾਉਂਦੇ ਨਹੀਂ ਭੌਂਕਦੇ ਆ ਓਏ ਭੌਂਕਦੇ ਕਰਦਾ ਕੀ ਭੌਂਕਦੇ ਆ ਉਹ ਯਾਰ ਜਦੋਂ ਫਜ਼ੂਲ ਬੰਦੇ ਆ ਨਾ ਉੱਥੇ ਆ ਕੇ ਤੰਗ ਕਰਦੇ ਆ ਨਾ ਨਜਾਇਜ਼ ਭੌਂਕਦੇ ਰਹਿੰਦੇ ਉਹਦੀ ਗੱਲ ਕਰਦਾ ਹਾਂ ਅੱਛਾ 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 ਮਾਸ਼ਾਅੱਲਾ ਤੇ ਜਨਰਲ ਸਟੋਰ ਹੈ ਕਿੱਥੇ ਆ ਹਾਂਜੀ ਤੁਸੀਂ ਜਾਓਗੇ ਨਾ ਸਮੁੰਦਰ ਤੇ ਹਾਂਜੀ ਤੇ ਸਾਹਮਣੇ ਵੇਖੋਗੇ ਨਾ ਹਾਂਜੀ ਕਿੰਨੇ ਫਿਰਦੇ ਹੋਣ ਆਵਾ ਸ਼ਾਪਿੰਗ ਕਰਨ ਆਏ ਹੁੰਦੇ ਆ ਕਿੰਨੇ ਹੀ ਅੰਗਰੇਜ਼ ਉੱਥੇ ਹੁੰਦੇ ਆ ਅੱਛਾ ਤੇ ਮਹੀਨੇ ਦੀ ਮੇਰੇ ਵੀਰ ਦੀ ਇਨਕਮ ਕਿੰਨੀ ਆ ਕਿੰਨੇ ਕਮਾ ਲੈਂਦਾ ਪੰਜੀਆਂ ਦੇ ਹਿਸਾਬ ਨੂੰ ਬਾਈਆਂ ਦਾ ਸ਼ਰਮ ਦੇ ਦੇ ਬਾਈ ਕੁੱਤੇ ਰੋਜ਼ ਦੇ ਤੇ 25 ਰੁਪਏ ਇਹ ਬਣ ਰਹੀ ਹੈ ਇਨਕਮ ਹੈਗੀ ਅਸੀਂ ਹੈਗੀ ਕੋ 2.5 ਲੱਖ ਰੁਪਈਆ ਸਾਡੀ ਹੈ ਨਾ ਡੇਲੀ ਦੀ ਆ ਹਾਂਜੀ ਅੱਛਾ 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 ਸ਼ੈਂਪੂ ਕੱਢ ਕੇ ਅਸਲ ਦੀ ਸ਼ੈਂਪੂ ਦੀ ਫੈਕਟਰੀ ਵੀ ਹੈ ਨਾ ਆਪਣੀ ਅੱਛਾ ਸ਼ੈਂਪੂ ਦੀ ਤੇ ਬਾਲਟੀ ਇਹ ਭੈਣ ਨਾ ਦੇਈ ਓਏ दिल घबरा रहे मैं मुंडे नूं कहा शिकंजवी बना के तेरा नुपला अच्छा 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 मेरा वीर किन्ना सखी हो साहब जी ने निके तेरे औरतां नाल भी तल्लक आ की होया की आ नौ किवें बचे तेरे ओ नौ ना जनरल स्टोर च बिल्ली वड़ गई सी अच्छा ते मैं पिछे फड़ ले हां जी ते सर मैं पाता पिछे फड़ ले ओ पिछे फड़ के बाहर कड्डी आ हां जी नवा के ओ मैं हुण ओ रिश्ते दी गल कीती आ ते ओ कुड़ी ने आप आणा मैं तन्नू पसंद करण आप मैं आ रही हां मैं वालेकुम वालेकुम अस्सलाम वालेकुम अस्सलाम बाजी साडा जनरल स्टोर आ तन्नू गालबन किसने पुछया सेठ निशान ने भेजया हां जी चंगे घरो रिश्ता आया गंदे खानदान का रिश्ता आया हाँ मामा सरवर बैठा आया हेलो खबरदार खबरदार जे तू मेनू हाथ लाया समझ आई खबरदार आहो की मतलब ओए डोंट टच मी ओ साली ये डायरेक्टर ने लिखे आया हां ये लिखे है उन के जफी ना पावे शबड़ किला भी कर ले केड़ा शबड़ किला तुसी शबड़ करी जाओ किला मैं करी जाना हां जी ओ मेरा वीर ओए हाथ लाई मेनू ओए हाथ साली ये सड़ी है तू तू है को बड़े लाटा ना पालिया ਹਰ ਖਵਾਇਸ਼ ਦੀ ਪੂਰੀ ਕੀਤੀ ਅਮਰੀਕਾ ਵਿੱਚ ਇਹਦੇ ਆਪਣੇ ਸਟੋਰ ਆ ਅੱਛਾ ਤੜੀ ਸਟੋਰ ਦਾ ਨਾਮ ਕੀ ਹੈ ਬਹੁਵਾ ਇਹ ਅਮਰੀਕਾ ਜੇ ਨੂੰ ਬਹੁਵਾ ਕਹਿੰਦੇ ਆ ਤੇ ਪਾਕਿਸਤਾਨ ਚ ਹਾਉ ਹਾਉ ਕਹਿੰਦੇ ਆ ਇਹ ਇਹਨੂੰ ਦੱਸ ਕਿੱਡੇ ਕਿੱਡੇ ਜਨਰਲ ਸਟੋਰ ਆ ਕਿੱਡੇ ਨੇ ਤੁਹਾਡੇ ਸਟੋਰ ਕਿੰਨੇ ਨੇ ਹੈਗੇ ਆ ਕੋਈ चार लत्तां वाले किन्ने ही चार लत्तां वाले और चार लत्तां वाली पाव होंगे नहीं पूरा ही नहीं आना अगर तुसी पास होगे ना ते मैं ब्याह करा लांगी हां लत्त लत्त ला दे इहदा बोल ते बोल चढ़ जांदा
ਪਰ ਨਿੱਕੇ ਔਰਤ ਜਾਤ ਹੈ ਇਹਦੇ ਨਾਲ ਤਾਂ ਭਰਾ ਗੱਲ ਕਰ ਹਾਂਜੀ ਤਦੀ ਬੋਲ ਤੋਂ ਬੋਲ ਲਾਉਣ ਡਏ ਮੈਂ ਕਿਉਂ ਪਾਉਗੀ ਕੀ ਮੇਰੀ ਅੜ ਕੀ ਵੇਖਦਾ ਮੇਰੀ ਅੱਗੇ ਨੀ ਤਬੀਅਤ ਸਹੀ ਆ ਨਿੱਕੇ ਆਪਣੇ ਮੁਲਾਜ਼ਮ ਨੂੰ ਤੂੰ ਬੜਾ ਭੂਏ ਚੜਾਇਆ ਬਸ ਇਹ ਅੱਜ ਉੱਡ ਉੱਡ ਭੈਣ ਦਿੰਦਾ ਜੀ ਹਾਂਜੀ ਮੈਂ ਕਿਉਂ ਪਾਉਗੀ ਕੀ ਅਸੀਂ ਤੁਹਾਨੂੰ ਪਾਵਾਂਗੇ 9 ਇੰਚ ਦਾ ਲੋਕਟ ਪਰ ਨਿੱਕੇ ਅਮਰੀਕਾ ਚ 9 ਇੰਚ ਦਾ ਹੁੰਦਾ ਲੋਕਟ ਆਹੋ ਜੇ ਥੱਲੇ ਉਹਦੀ ਪਾਉਣਾ ਹੋਵੇ ਤਾਂ ਗੱਲ ਚ ਜ਼ਰਾ ਜ਼ਿਆਦਾ ਪੈਂਦਾ ਹੈ ਅੱਛਾ 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 ਉਹ ਰਾਣੀ ਹਾਰ ਨਹੀਂ ਮੇਰੇ ਵੀਰ ਕੋਲ ਬੜਾ ਰੁਪਈਆ ਰਾਣੀ ਹਾਰ ਅੱਛਾ ਇੱਥੇ ਤੱਕ ਆਉਂਦਾ ਧੁੰਨੀ ਤੱਕ ਹਾਂ ਦੇਖ ਦੇ ਉਹ ਤੇ ਚੱਲ ਕੁੱਤੇ ਕੁੱਤੇ ਤੇ ਛੱਡ ਆਏ ਅਸੀਂ 9 ਇੰਚ ਦਾ ਲੋਕਟ ਪਾਵਾਂਗੇ 2 ਢਾਈ ਢਾਈ ਤੋਲੇ ਦੇ ਕਾਂਟੇ ਕੰਜਰ ਅਸੀਂ ਇਕੱਲੇ ਹੀ ਨਹੀਂ ਹੋਣ ਦੁਨੀਆ ਭਲੀ ਸੋ ਭਲੀ ਢਾਈ ਢਾਈ ਤੋਲੇ ਥੋੜੇ ਆ ਉਹ ਵਜ਼ਨ ਜ਼ਿਆਦਾ ਵੈਸੇ ਠੰਡ ਨਾਲ ਤਾਂ ਚੜੇ ਆ ਵਿਆਹ ਤੁਹਾਡਾ ਸਾਹਿਬ ਜੀ ਹਾਂਜੀ ਤੇ ਲਾਗੜ 9 ਇੰਚ ਦਾ ਆਪਣਾ ਦੱਸੋ ਤੁਸੀਂ ਮੇਰੇ ਵਾਲਾ ਦੱਸੀ ਜਾ ਰਹੇ ਚਲੋ ਛੱਡੋ ਰਕਸ਼ੇ ਤੇ ਪੱਤੀਆਂ ਲਾ ਲਓ ਇਹਦੀ ਭੈਣ ਦਾ ਛਿਲਾ ਕਰਾਉਣਾ ਆ ਛਿਲੇ ਵਾਲੇ ਤਾਂ ਬਹੁਤੇ ਪੈਸੇ ਲਈਦੇ ਆ ਅਸੀਂ ਵੈਸੇ ਰਕਸ਼ੇ ਤੇ ਬੱਤੀਆਂ ਲੱਗੀ ਕੈਸੀ ਲੱਗਣਗੀਆਂ ਜੇ ਰਕਸ਼ਾ ਕਰਾ ਵਾ ਮੈਂ ਅਮਰੀਕਾ ਤੋਂ ਆਇਆ ਅੱਛਾ ਮੈਂ ਕਿਹਾ ਰੱਖੋਗੇ ਕਿੱਥੇ ਬਸ ਇਹਦੇ ਜੋਗੇ ਇੱਥੇ ਰੱਖ ਲੈਣਾ ਬਦਤਮੀਜ਼ੀ ਕਰ ਰਹੇ ਆ ਅੱਛਾ ਇਹਨੂੰ ਗੋਦੀ ਚ ਪਾ ਦੇਣਾ